1984 ਦੇ ਸਿੱਖ ਨਸਲਕੁਸ਼ੀ ਮਾਮਲੇ 'ਚ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ। ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਆਈ ਕੇ ਗੁਜਰਾਲ ਦੀ 100ਵੀਂ ਜਨਮ ਜਯੰਤੀ ਨੂੰ ਸੰਬੋਧਨ ਕਰਦਿਆਂ ਮਨਮੋਹਨ ਸਿੰਘ ਨੇ ਕਿਹਾ ਕਿ 1984 ਵਿੱਚ ਸਿੱਖ ਨਸਲਕੁਸ਼ੀ ਨੂੰ ਰੋਕਿਆ ਜਾ ਸਕਦਾ ਸੀ। ਮਨਮੋਹਨ ਸਿੰਘ ਨੇ ਕਿਹਾ ਕਿ ਦੇਸ਼ ਦੇ ਗ੍ਰਹਿ ਮੰਤਰੀ ਪੀਵੀ ਨਰਸਿਮਹਾ ਰਾਓ ਨੇ ਜੇਕਰ ਇੰਦਰ ਕੁਮਾਰ ਗੁਜਰਾਲ ਦੀ ਗੱਲ ਮੰਨੀ ਹੁੰਦੀ ਤਾਂ ਸਿੱਖ ਨਸਲਕੁਸ਼ੀ ਨੂੰ ਰੋਕਿਆ ਜਾ ਸਕਦਾ ਸੀ। ਉਨ੍ਹਾਂ ਦੱਸਿਆ ਕਿ ਗੁਜਰਾਲ ਨੇ ਤੁਰੰਤ ਫੌਜ ਸੱਦਣ ਦੀ ਸਲਾਹ ਦਿੱਤੀ ਸੀ। ਜੇਕਰ ਅਜਿਹਾ ਹੋ ਜਾਂਦਾ ਤਾਂ ਉਸ ਨਸਲਕੁਸ਼ੀ ਨੂੰ ਕਾਫੀ ਪਹਿਲਾਂ ਹੀ ਰੋਕਿਆ ਜਾ ਸਕਦਾ ਸੀ। ਤੁਸੀਂ ਖੁਦ ਹੀ ਸੁਣੋ ਇਸ ਸੰਬੰਧੀ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਬਿਆਨ। The sad event of 1984 took place Gujral ji on that very sad evening he went to the then home minister Shri P.V. Narasimha Rao and said to him that the situation is so grave that it is necessary for the government to call the army at the earliest. If that advice had been heeded, perhaps the massacre that took place in 1984 could have been avoided. ਤੁਹਾਨੂੰ ਦੱਸ ਦਈਏ ਕਿ ਬੁੱਧਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਆਈ ਕੇ ਗੁਜਰਾਲ ਦੀ 100ਵੀਂ ਜਯੰਤੀ ਦੇ ਮੌਕੇ ਤੇ ਦੇਸ਼ ਭਰ 'ਚ ਕਈ ਸਮਾਗਮ ਆਯੋਜਿਤ ਕੀਤੇ ਗਏ ਸੀ। ਇਸ ਦੌਰਾਨ ਦਿੱਲੀ ਵਿੱਚ ਹੋਏ ਇੱਕ ਸਮਾਗਮ 'ਚ ਪਹੁੰਚੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸਣੇ ਕਈ ਆਗੂਆਂ ਤੇ ਲੋਕਾਂ ਨੇ ਇੰਦਰ ਕੁਮਾਰ ਗੁਜਰਾਲ ਨੂੰ ਯਾਦ ਕੀਤਾ। ਉਧਰ ਦੂਸਰੇ ਪਾਸੇ ਸਾਬਕਾ ਪ੍ਰਧਾਨ ਮੰਤਰੀ ਦੇ ਇਸ ਬਿਆਨ ਦੇ ਪਿੱਛੋਂ ਇਹ ਮਾਮਲਾ ਮੁੜ ਸਿਆਸਤ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਇਸ ਬਿਆਨ ਤੇ ਬੋਲਦੇ ਹੋਏ ਵਿਧਾਇਕ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਸਾਬਿਤ ਹੋ ਗਿਆ ਹੈ ਕਿ ਸਿੱਖ ਨਸਲਕੁਸ਼ੀ ਪਿੱਛੇ ਕਾਂਗਰਸ ਦਾ ਹੀ ਹੱਥ ਸੀ। ਤੁਸੀਂ ਖੁਦ ਹੀ ਸੁਣੋ ਕੀ ਬੋਲੇ ਸਿਰਸਾ। ਕੱਲ ਡਾਕਟਰ ਮਨਮੋਹਨ ਸਿੰਘ ਜੀ ਨੇ ਜਾਣੇ ਅਣਜਾਣੇ ਚ ਉਹ ਸਨਸਨੀਖੇਜ ਖੁਲਾਸਾ ਕੀਤਾ ਜਿਸ ਦੇ ਅਸੀਂ 35 ਸਾਲ ਤੋਂ ਕਹਿੰਦੇ ਆ ਰਹੇ ਸੀ ਕਿ 1984 ਦਾ ਕਤਲੇਆਮ ਗਾਂਧੀ ਪਰਿਵਾਰ ਵੱਲੋਂ ਉਸ ਵੇਲੇ ਦੇ ਪ੍ਰਧਾਨ ਮੰਤਰੀ ਕਾਂਗਰਸ ਦੇ ਰਾਜੀਵ ਗਾਂਧੀ ਨੇ ਸਪਾਂਸਰ ਕੀਤਾ ਸੀਗਾ। ਇਹ ਗਵਰਨਮੈਂਟ ਸਪਾਂਸਰਡ ਸੀਗਾ ਔਰ ਇਸ ਦੀ ਇੰਸਟਰਕਸ਼ਨਾਂ ਰਾਜੀਵ ਗਾਂਧੀ ਖੁਦ ਦੇ ਰਹੇ ਸੀ ਕਤਲੇਆਮ ਕਰਨ ਦੀਆਂ। ਨਰਸਿਮਹਾ ਰਾਓ ਦੇ ਕੋਲ ਉਸ ਵੇਲੇ ਆਈ ਕੇ ਗੁਜਰਾਲ, ਖੁਸ਼ਵੰਤ ਸਿੰਘ ਔਰ ਕੁਲਦੀਪ ਨਈਅਰ ਜਾਂਦੇ ਨੇ ਜੋ ਕਿ ਕੱਲ੍ਹ ਡਾਕਟਰ ਮਨਮੋਹਨ ਸਿੰਘ ਜੀ ਨੇ ਖੁਦ ਮੰਨਿਆ ਔਰ ਨਰਸਿਮਹਾ ਰਾਓ ਨੇ ਆਰਮੀ ਨਹੀਂ ਬੁਲਾਈ ਕਿਉਂਕਿ ਉਹ ਚਾਹੁੰਦੇ ਸੀ ਕਿ ਦੇਸ਼ ਦੇ ਅੰਦਰ ਕਤਲੇਆਮ ਹੋਵੇ ਔਰ ਇਹ ਕਤਲੋ ਗੈਰਤ ਦਾ ਇੰਸਟਰਕਸ਼ਨਾਂ ਜਿਹੜੀਆਂ ਸੀਗੀਆਂ ਉਹ ਦੇਸ਼ ਦੇ ਪ੍ਰਧਾਨ ਮੰਤਰੀ ਕੋਲ ਆ ਰਹੀਆਂ ਸੀਗੀਆਂ। ਕੱਲ੍ਹ ਦੀ ਇਹ ਸਟੇਟਮੈਂਟ ਤੋਂ ਬਾਅਦ ਮੈਂ ਸਮਝਦਾ ਕਿ ਕਾਂਗਰਸ ਨੂੰ ਕੋਈ ਵੀ ਅਧਿਕਾਰ ਨਹੀਂ ਰਹਿ ਜਾਂਦਾ ਇਸ ਦੇਸ਼ ਦੇ ਅੰਦਰ ਇੱਕ ਮੁੱਖ ਓਪੋਜੀਸ਼ਨ ਪਾਰਟੀ ਦੇ ਰੂਪ ਦੇ ਅੰਦਰ। ਉਹਨਾਂ ਨੂੰ ਆਪਣੇ ਇਸ ਪਾਪਾਂ ਦੇ ਵਾਸਤੇ, ਬੱਜਰ ਗੁਨਾਹਾਂ ਦੇ ਵਾਸਤੇ ਜਿੱਥੇ ਸੋਨੀਆ ਗਾਂਧੀ ਨੂੰ ਮਾਫ਼ੀ ਮੰਗਣੀ ਚਾਹੀਦੀ ਉੱਥੋਂ ਪੂਰੇ ਦੇਸ਼ ਦੀ ਕਾਂਗਰਸ ਪਾਰਟੀ ਨੂੰ ਮਾਫ਼ੀ ਮੰਗਣੀ ਚਾਹੀਦੀ ਆ। ਰਾਜੀਵ ਗਾਂਧੀ ਕਤਲੇਆਮ ਦਾ ਸਭ ਤੋਂ ਵੱਡਾ ਦੋਸ਼ੀ ਸੀਗਾ। ਇਸ ਦੀ ਇਨਕੁਆਇਰੀ ਵੀ ਜਿਹੜੀ ਆ ਇਹ ਕੇਂਦਰ ਸਰਕਾਰ ਵੱਲੋਂ ਕਰਾਈ ਜਾਣੀ ਚਾਹੀਦੀ ਆ ਕਿ ਕੀ ਕਾਰਨਾਂ ਤੋਂ ਕਿਸ ਉਹ ਡਾਕਟਰ ਮਨਮੋਹਨ ਸਿੰਘ ਜੀ ਨੇ ਇੰਸਟਰਕਸ਼ਨਾਂ ਦਿੱਤੀਆਂ, ਡਾਕਟਰ ਮਾਫ਼ੀ ਚਾਹੁੰਦਾ ਕਿਸ ਨੂੰ ਪੀ ਵੀ ਨਰਸਿਮਹਾ ਰਾਓ ਜੀ ਨੂੰ ਇੰਸਟਰਕਸ਼ਨਾਂ ਦਿੱਤੀਆਂ, ਕਿਤਨਾ ਦੇਸ਼ ਦੇ ਪ੍ਰਧਾਨ ਮੰਤਰੀ ਨੇ ਪੀ ਵੀ ਨਰਸਿਮਹਾ ਰਾਓ ਦੇ ਮਾਧਿਅਮ ਤੋਂ ਉਹ ਥੱਲੇ ਤੱਕ ਪੁਲਿਸ ਨੂੰ, ਤੰਤਰ ਨੂੰ ਇਹ ਮੈਸੇਜ ਦਿੱਤਾ ਕਿ ਜਿਹੜੇ ਕਤਲੋ ਗਾਰਤ ਕਰਨ ਵਾਲੇ ਲੋਕ ਨੇ ਇਹਨਾਂ ਨੂੰ ਪ੍ਰੋਟੈਕਟ ਕੀਤਾ ਜਾਵੇ ਔਰ ਸਿੱਖ ਜਿੱਥੇ ਜਿੱਥੇ ਦਿਖਦੇ ਆ ਉਹਨਾਂ ਨੂੰ ਮਰਵਾਇਆ ਜਾਵੇ। ਇਹ ਸਾਰਾ ਕੁਝ ਜਿਹੜਾ ਸੀਗਾ ਇਹ ਰਾਜੀਵ ਗਾਂਧੀ ਦੇ ਆਫਿਸ ਤੋਂ ਇਸਤੇਮਾਲ ਕੀਤਾ ਜਾ ਰਿਹਾ ਸੀ ਔਰ ਰਾਜੀਵ ਗਾਂਧੀ ਦਾ ਆਫਿਸ ਜਿਹੜਾ ਸੀ ਰਾਜੀਵ ਗਾਂਧੀ ਖੁਦ ਨਰਸਿਮਹਾ ਰਾਓ ਦੇ ਆਫਿਸ ਨੂੰ ਇਸਤੇਮਾਲ ਕਰਕੇ ਔਰ ਇਹ ਕਤਲੋ ਗਾਰਤ ਦਾ ਇੰਸਟਰਕਸ਼ਨਾਂ ਵੀ ਦੇ ਰਹੇ ਸੀ ਔਰ ਕਤਲ ਕਰਾਉਣ ਵਾਲੇ ਨੂੰ ਬਚਾ ਵੀ ਰਹੇ ਸੀ। ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸਿਆਸੀ ਸਲਾਹਕਾਰ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਕਾਂਗਰਸ ਦਾ ਸਿੱਖ ਵਿਰੋਧੀ ਚਿਹਰਾ ਨੰਗਾ ਹੋ ਗਿਆ। ਸੁਣੋ ਕੀ ਬੋਲੇ ਚਰਨਜੀਤ ਸਿੰਘ ਬਰਾੜ। ਇੱਕ ਗੱਲ ਹੈ ਕਿ ਸਰਦਾਰ ਮਨਮੋਹਨ ਸਿੰਘ ਜੀ ਦਾ ਜਿਹੜਾ ਬਿਆਨ ਕੱਲ ਇੰਦਰ ਕੁਮਾਰ ਗੁਜਰਾਲ ਜੀ ਦੇ ਜਨਮ ਦਿਨ
ਦੇ ਸਮਾਗਮ ਦੇ ਵਿੱਚ ਆਇਆ ਹੈ ਕਿ ਜੇਕਰ ਨਰਸਿਮਹਾ ਰਾਓ ਗੁਜਰਾਲ ਸਾਹਿਬ ਦੀ ਗੱਲ ਮੰਨ ਲੈਂਦੇ, ਦਿੱਲੀ ਦੇ ਵਿੱਚ ਫੌਜ ਲਾ ਦਿੱਤੀ ਜਾਂਦੀ ਤਾਂ ਫਿਰ ਇੰਨਾ ਨੁਕਸਾਨ ਨਾ ਹੁੰਦਾ। ਅਸੀਂ ਸ਼ੁਰੂ ਤੋਂ 84 ਦੇ ਇਹ ਗੱਲਾਂ ਕਹਿੰਦੇ ਆ ਰਹੇ ਹਾਂ ਕਿ ਉਸ ਸਮੇਂ ਦੀ ਸਰਕਾਰ ਨੇ ਜਾਣ ਬੁੱਝ ਕੇ ਫੌਜ ਨਹੀਂ ਲਾਈ, ਨਹੀਂ ਬੁਲਾਈ, ਔਰ ਫੌਜ ਪਹੁੰਚਣ ਦੇ ਬਾਵਜੂਦ ਉੱਥੇ ਬੈਠੀ ਰਹੀ, ਉਹਨੂੰ ਹੁਕਮ ਤੱਕ ਜਿਹੜੇ ਆ ਉਹ ਨਹੀਂ ਦਿੱਤੇ ਗਏ। ਮਨਮੋਹਨ ਸਿੰਘ ਜੀ ਦੇ ਮੂੰਹੋਂ ਸੱਚ ਤਾਂ ਨਿਕਲ ਗਿਆ, ਪਰ ਨਾ ਸਿਰਫ ਅੱਧਾ ਲਿਆ ਗਿਆ, ਸਿਰਫ ਨਰਸਿਮਹਾ ਰਾਓ ਦਾ ਲਿਆ ਗਿਆ ਜਿਹਦੇ ਜ਼ਿੰਮੇਵਾਰ ਮੇਨ ਜਿਹੜੇ ਸਰਕਾਰ ਦੇ ਮੁਖੀ ਰਾਜੀਵ ਗਾਂਧੀ ਸਨ। ਸਾਡੀ ਉਸ ਵੇਲੇ ਦੀ ਹਰ ਰੋਜ਼ ਦੀ ਕੀਤੀ ਹੋਈ ਗੱਲ ਨੂੰ ਅੱਜ ਸਾਹਿਬ ਮਨਮੋਹਨ ਸਿੰਘ ਦੀ ਜਿਹੜੀ ਗੱਲ ਹੈ ਉਹਨੇ ਤਸਲੀਮ ਕਰਤਾ ਕਿ ਜੋ ਅਸੀਂ ਬੋਲਦੇ ਸੀ ਉਹ ਹੂ ਬਹੂ ਸੱਚ ਸੀ। ਇਸ ਕਰਕੇ ਮੈਂ ਸਮਝਦਾ ਕਿ ਸਾਹਿਬ ਮਨਮੋਹਨ ਸਿੰਘ ਇਸ ਗੱਲ ਦੇ ਵਿੱਚ ਜਿੱਥੇ ਉਹਨਾਂ ਨੇ ਐਡਾ ਵੱਡਾ ਸੱਚ ਬਾਹਰ ਲਿਆਂਦਾ ਹੈ, ਅੱਜ ਗਾਂਧੀ ਪਰਿਵਾਰ ਦੀ ਅਤੇ ਰਾਜੀਵ ਗਾਂਧੀ ਦੀ ਉਸ ਸਮੇਂ ਦੇ ਪ੍ਰਧਾਨ ਮੰਤਰੀ ਦੀ ਜਿਹੜੀ ਸੱਚਾਈ ਹੈ ਉਹ ਲੋਕਾਂ ਦੇ ਸਾਹਮਣੇ ਆ ਗਈ ਹੈ ਕਿ ਇਹ ਜਾਣ ਬੁੱਝ ਕੇ ਸਰਕਾਰ ਦੀ ਸਰਪ੍ਰਸਤੀ ਥੱਲੇ ਸਿੱਖਾਂ ਦੀ ਨਸਲਕੁਸ਼ੀ ਸੀ, ਸਿੱਖਾਂ ਦਾ ਕਤਲੇਆਮ ਸੀ ਤੇ ਜਿਹਦੇ ਜ਼ਿੰਮੇਵਾਰ ਲੋਕ ਅੱਜ ਵੀ ਬਾਹਰ ਜਿਹੜੇ ਆ ਘੁੰਮ ਰਹੇ। ਇੱਥੇ ਦੱਸ ਦਈਏ ਕਿ 1984 'ਚ ਸਿੱਖ ਸੁਰੱਖਿਆ ਕਰਮਚਾਰੀਆਂ ਦੇ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਦੇਸ਼ ਭਰ 'ਚ ਸਿੱਖ ਵਿਰੋਧੀ ਦੰਗੇ ਭੜਕ ਗਏ ਸੀ। ਇਹਨਾਂ ਦੰਗਿਆਂ 'ਚ ਕਰੀਬ 3,000 ਸਿੱਖਾਂ ਦੀ ਜਾਨ ਚਲੀ ਗਈ। ਦਿੱਲੀ 'ਚ ਦੰਗਿਆਂ ਦਾ ਅਸਰ ਸਭ ਤੋਂ ਵੱਧ ਸੀ। ਕਿਹਾ ਜਾਂਦਾ ਹੈ ਕਿ 3,000 'ਚੋਂ 2,700 ਸਿੱਖਾਂ ਦਾ ਕਤਲ ਸਿਰਫ ਦਿੱਲੀ 'ਚ ਹੀ ਹੋਇਆ ਸੀ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਔਰ ਆਪਣੇ ਮਨ ਮਰਜ਼ੀ ਦਾ ਕੋਰਸ ਚਾਹੁੰਦੇ ਹੋ ਤੇ ਮਈ ਔਰ ਸਪਤੰਬਰ ਸੈਸ਼ਨ ਵਿੱਚ ਅਪਲਾਈ ਕਰਨ ਦਾ ਇਹ ਸੁਨਹਿਰੀ ਮੌਕਾ ਹੈ। ਪਿਰਾਮਿਡ ਈ ਸਰਵਿਸਿਜ਼ ਨਾਲ ਨਾ ਹੀ ਸਿਰਫ ਤੁਸੀਂ ਹੁਣ ਅਪਲਾਈ ਕਰਕੇ ਆਪਣਾ ਆਫਰ ਅਪਲਾਈ ਕਰ ਪਾਓਗੇ, ਬਲਕਿ 3 ਤੋਂ $5,000 ਦੀ ਸਕਾਲਰਸ਼ਿਪ ਵੀ ਟਾਈਮ ਸਿਰ ਅਪਲਾਈ ਕਰਕੇ ਹਾਸਲ ਕਰ ਪਾਓਗੇ।